ਬੀਤੇ ਦਿਨੀ ਆਪਣੀ ਖੇਤੀ ਅਤੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵੱਲੋਂ ਮੌਸਮ ਵਿਗਿਆਨ ਵਿਭਾਗ ਭਾਰਤ ਸਰਕਾਰ ਮੰਤਰਾਲਾ ਦੇ ਦਿਸ਼ਾ ਨਿਰਦੇਸ਼ਾਂ ਹੇਠ ਪਿੰਡ ਰਪਾਲੋ ਵਿਖੇ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਵਿੱਚ ਕਿਸਾਨ ਜਾਗਰੂਕਤਾ ਕੈਂਪ ਕਰਵਾਇਆ ਗਿਆ। ਡਾਕਟਰ PPS ਪੰਨੂ, ਅਡੀਸ਼ਨਲ ਡਾਇਰੈਕਟਰ ਆਫ ਰਿਸਰਚ, ਪੰਜਾਬ ਐਗਰੀਕਲਚਰ ਯੂਨੀਵਰਸਿਟੀ ਲੁਧਿਆਣਾ। ਸੋ ਅੱਜ ਅਸੀਂ ਇੱਥੇ ਜਿਹੜਾ ਫਾਰਮਰ ਅਵੇਅਰਨੈਸ ਕੈਂਪ ਜਿਹੜਾ ਆ ਮੌਸਮ ਦੇ ਪੱਧਰਤੀ ਲਗਾਇਆ ਗਿਆ। ਸੋ ਮੌਸਮ ਦੇ ਵਿੱਚ ਜਿਹੜੀ ਆ ਕਿਸਾਨਾਂ ਨੂੰ ਅਤੇ ਸਕੂਲ ਦੇ ਵਿੱਚ ਅਸੀਂ ਬੱਚਿਆਂ ਨੂੰ ਜਾਣਕਾਰੀ ਦਿੱਤੀ ਆ, ਕਿਉਂਕਿ ਸਾਡਾ ਜਿਹੜਾ ਵਾਤਾਵਰਣ ਹੈ ਉਹ ਕਾਫੀ ਅੱਗੇ ਨਾਲੋਂ ਖਰਾਬ ਹੋ ਰਿਹਾ ਹੈ। ਤਾਂ ਉਹਦੇ ਵਿੱਚ ਬੜੇ ਵਿਸਥਾਰ ਦੇ ਵਿੱਚ ਅਸੀਂ ਬੱਚਿਆਂ ਦੇ ਕਿਸਾਨਾਂ ਨੂੰ ਇਹ ਦੱਸਿਆ ਗਿਆ ਕਿ ਸਾਡਾ ਇਹਦੇ ਵਿੱਚ ਅਸੀਂ ਇਸ ਨੂੰ ਸੁਧਾਰਨ ਵਿੱਚ ਬਹੁਤ ਵਧੀਆ ਰੋਲ ਜਿਹੜਾ ਅਦਾ ਕਰ ਸਕਦੇ ਹਾਂ। ਸੋ ਕੁਦਰਤੀ ਸੋਮਿਆਂ ਦੀ ਜਿਹੜੀ ਰੱਖਿਆ ਹੈ ਉਹ ਬਹੁਤ ਜ਼ਰੂਰੀ ਹੈ, ਜਿਵੇਂ ਕਿ ਪਾਣੀ ਹੈ, ਰੁੱਖ ਹੈ। ਸੋ ਇਹਨਾਂ ਵਾਸਤੇ ਕੁਦਰਤੀ ਅਸੀਂ ਤਾਂ ਫਸਲਾਂ ਵੀ ਅਸੀਂ ਜਿਹੜੀਆਂ ਬੜੇ ਘੱਟ ਜਿਹੜੀਆਂ ਰਸਾਇਣਾਂ ਤੋਂ ਬਿਨਾਂ ਜਿਹੜਾ ਵਰਤ ਸਕਦੇ ਹਾਂ। ਸੋ ਜਿਵੇਂ ਕਿ ਅਸੀਂ ਜਿਹੜਾ ਹੈ ਐਨੀਮਲ ਪਾਪੂਲੇਸ਼ਨ ਵੀ ਸਾਨੂੰ ਜਿਹੜੀ ਹੈ ਰੱਖਣੀ ਚਾਹੀਦੀ ਹੈ, ਜਿਸ ਵਿੱਚ ਕਈ ਕਿਸਾਨਾਂ ਨੇ ਹਿੱਸਾ ਲਿਆ ਅਤੇ ਸਕੂਲ ਦੇ ਬੱਚਿਆਂ ਦੇ ਰੰਗੋਲੀ ਅਤੇ ਪੇਂਟਿੰਗ ਮੁਕਾਬਲੇ ਵੀ ਕਰਵਾਏ ਗਏ। ਇਸ ਸੰਸਥਾ ਦੇ ਵਿੱਚ ਇੱਕ ਮੁਕਾਬਲਾ ਕਰਵਾਇਆ ਜਾ ਰਿਹਾ ਅਤੇ ਜਿਹੜਾ ਕਿ ਵਾਤਾਵਰਨ ਸੰਬੰਧਿਤ, ਵਾਤਾਵਰਨ ਨੂੰ ਕਿਵੇਂ ਅਸੀਂ ਸਾਫ਼ ਰੱਖ ਸਕਦੇ ਹਾਂ ਔਰ ਜਿਹੜੇ ਕਿਸਾਨ ਨੇ ਕਿਵੇਂ ਜਾਗਰੂਕ ਕਰ ਸਕਦੇ ਉਹਨਾਂ ਨੂੰ ਕਿ ਉਹ ਇਸ ਵਾਤਾਵਰਨ ਦੀ ਸੰਭਾਲ ਵਿੱਚ ਆਪਣੇ ਯੋਗਦਾਨ ਪਾ ਸਕਣ। ਇਸ ਜਾਗਰੂਕਤਾ ਕੈਂਪ ਦਾ ਮੁੱਖ ਉਦੇਸ਼ ਪੰਜਾਬ ਵਿੱਚ ਮੌਸਮੀ ਤਬਦੀਲੀਆਂ ਅਤੇ ਮੌਸਮ ਦੀ ਆਗਾਮੀ ਜਾਣਕਾਰੀ ਦੀ ਮਹੱਤਤਾ ਬਾਰੇ ਕਿਸਾਨਾਂ ਨੂੰ ਜਾਣੂ ਕਰਵਾਉਣਾ ਸੀ। ਕਿਸਾਨ ਜਾਗਰੂਕਤਾ ਕੈਂਪ ਲਗਾਇਆ ਗਿਆ ਸੀਗਾ ਖੇਤੀ ਮੌਸਮ ਵਿਭਾਗ ਵੱਲੋਂ। ਇਹਦੇ ਵਿੱਚ ਸਾਡੇ ਕੋਲ ਇੱਕ ਗ੍ਰਾਮੀਣ ਕ੍ਰਿਸ਼ੀ ਮੌਸਮ ਸੇਵਾ ਪ੍ਰੋਜੈਕਟ ਜਿਹੜਾ ਚੱਲ ਰਿਹਾ, ਜਿਹਦੇ 'ਚ ਅਸੀਂ ਕਿ ਮੌਸਮ ਦੀ ਜਿਹੜੀ ਭਵਿੱਖਬਾਣੀ ਹੈ ਜਾਂ ਜਿਹੜੀਆਂ ਖੇਤੀ ਸੇਵਾਵਾਂ ਨੇ, ਖੇਤੀ ਮੌਸਮ ਸੰਬੰਧੀ ਸੇਵਾਵਾਂ, ਉਹ ਜਿਹੜੀਆਂ ਮਤਲਬ ਕਿਸਾਨਾਂ ਤੱਕ ਪਹੁੰਚਦੀਆਂ ਕਰਦੇ ਆ। ਸੋ ਇਹਦੇ ਵਿੱਚ ਮਤਲਬ ਵੱਖ ਵੱਖ ਜਿਹੜੇ ਮਾਹਰ ਨੇ ਉਹਨਾਂ ਨੇ ਆਪਣੇ ਵਿਚਾਰ ਸਾਂਝੇ ਕੀਤੇ ਕਿ ਕਿਸ ਤਰ੍ਹਾਂ ਆਪਾਂ ਜਿਹੜੀ ਕਿਸਾਨਾਂ ਨੂੰ ਜਿਹੜੇ ਜਾਗਰੂਕ ਕਰ ਸਕਦੇ ਹਾਂ ਕਿ ਜਿਵੇਂ ਮੌਸਮੀ ਤਬਦੀਲੀਆਂ ਆ ਰਹੀਆਂ ਨੇ ਔਰ ਉਹਦੇ ਨਾਲ ਫਸਲਾਂ 'ਤੇ ਕੀ ਪ੍ਰਭਾਵ ਪੈਂਦਾ। ਸੋ ਉਹਦੇ ਨਾਲ ਜਿਵੇਂ ਫਸਲ ਵਿਗਿਆਨੀ ਦਾ ਆਪਣਾ ਮਹੱਤਵ ਹੈ, ਪੌਦਾ ਰੋਗ ਵਿਗਿਆਨੀ ਦਾ ਆਪਣਾ ਆ, ਕੀਟ ਵਿਗਿਆਨੀ ਦਾ ਆਪਣਾ ਹੈ। ਸੋ ਇਹਨਾਂ ਨੇ ਆਪਣੇ ਆਪਣੇ ਵਿਚਾਰ ਸਾਂਝੇ ਕੀਤੇ। ਤੋ ਇਸ ਤਰ੍ਹਾਂ ਦੇ ਜਿਹੜੇ ਪ੍ਰੋਗਰਾਮ ਨੇ ਅਸੀਂ ਕਰਵਾਉਂਦੇ ਰਹਿੰਦੇ ਹਾਂ, ਕਿਉਂਕਿ ਸਾਡੇ ਵੱਲੋਂ ਜਦੋਂ ਵੀ ਕਿਤੇ ਫੰਡਸ ਅਵੇਲੇਬਲ ਹੁੰਦੇ ਨੇ ਜਿਹੜੇ ਕਿ ਗ੍ਰਾਮੀਣ ਕ੍ਰਿਸ਼ੀ ਮੌਸਮ ਸੇਵਾ ਵੱਲੋਂ ਪ੍ਰਦਾਨ ਕੀਤੇ ਜਾਂਦੇ ਆ, ਮਿਨਿਸਟਰੀ ਆਫ ਅਰਥ ਸਾਇੰਸਿਜ਼, ਗਵਰਨਮੈਂਟ ਆਫ ਇੰਡੀਆ ਇਹਦੇ ਵਿੱਚ ਇਨਵੋਲਵ ਹੈ, ਅਤੇ ਉਹਨਾਂ ਨੂੰ ਹੁੰਦਾ ਕਿ ਆਪਾਂ ਥੋੜ੍ਹਾ ਥੋੜ੍ਹਾ ਸੈਂਸਟਾਈਜ਼ ਕਰਦੇ ਰਹੀਏ ਫਾਰਮਰਸ ਨੂੰ, ਤਾਂ ਕਿ ਉਹਨਾਂ ਨੂੰ ਇੱਕ ਤਾਂ ਨਵੀਨਤਮ ਜਾਣਕਾਰੀ ਜਿਹੜੀ ਹੈ ਯੂਨੀਵਰਸਿਟੀ ਵੱਲੋਂ ਉਹ ਪਤਾ ਲੱਗਦੀ ਰਹੇ, ਅਤੇ ਇੱਕ ਆਪਾਂ ਉਹਨਾਂ ਦੀਆਂ ਜਿਹੜੀਆਂ ਯੂਨੀਵਰਸਿਟੀ ਦੀਆਂ ਸਿਫਾਰਿਸ਼ਾਂ ਨੇ ਉਹਨਾਂ ਤੱਕ ਪਹੁੰਚਦੀਆਂ ਕੀਤੀਆਂ ਜਾਣ।